ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਿਕਸਚਰ ਹਬ ਤੇ ਸੋ ਪਹਿਲਾਂ ਤਾਂ ਸਾਰੇ ਦੋਸਤਾਂ ਤੋਂ ਮਾਫੀ ਮੰਗਦਾ ਕਿ ਕਾਫੀ ਟਾਈਮ ਹੋ ਗਿਆ ਕੋਈ ਵੀ ਵੀਡੀਓ ਚੈਨਲ ਉੱਤੇ ਅਪਲੋਡ ਨਹੀਂ ਕਰ ਸਕਿਆ ਤੇ ਅੱਜ ਮੈਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਇਆ ਜੋ ਕਿ ਇੱਕ ਐਂਟੀਬਾਇਓਟਿਕ ਇੰਜੈਕਸ਼ਨ ਉੱਪਰ ਹੈ ਤੇ ਇਹ ਇੰਜੈਕਸ਼ਨ ਦਾ ਨਾਮ ਹੈ AMG 400 300 ਮਤਲਬ 300 mg ਵਿੱਚ ਆਉਂਦਾ ਹੈ ਤੇ ਅੱਜ ਆਪਾਂ ਇਹਦੇ ਬਾਰੇ ਦੇਖਦੇ ਹਾਂ ਵੀ ਇਸ ਦੀ ਵਰਤੋਂ ਕਦੋਂ ਅਤੇ ਕਿਵੇਂ ਤੇ ਕਿ ਸਪਰ ਕਰਨੀ ਚਾਹੀਦੀ ਆਪਾਂ ਨੂੰ ਤੇ ਇਹ ਇੰਜੈਕਸ਼ਨ ਆਪਾਂ ਨੂੰ ਆਮ ਮੈਡੀਕਲ ਸ਼ਾਪ ਤੋਂ ਮਿਲ ਜਾਊਗਾ ਤੇ ਆਓ ਆਪਾਂ ਦੇਖਦੇ ਹਾਂ ਵੀ ਇਸ ਦੀ ਵਰਤੋਂ ਕਦੋਂ ਅਤੇ ਕਿਵੇਂ ਕਰਨੀ ਆ ਤੋ ਦੋਸਤੋ ਇਹ ਇੰਜੈਕਸ਼ਨ ਆਮ ਤੌਰ ਤੇ ਆਪਾਂ ਆਪਣੇ ਪੈਟ ਵਿੱਚ ਯੂਜ਼ ਕਰਦੇ ਹਾਂ ਡੌਗ ਕੈਟ ਜਾਂ ਆਪਣੇ ਕਿਸੇ ਹੋਰ ਐਨੀਮਲ ਦੇ ਉੱਪਰ ਤੇ ਇਸ ਦੀ ਵਰਤੋਂ ਆਪਾਂ ਉਦੋਂ ਕਰਦੇ ਹਾਂ ਜਦੋਂ ਕਿਤੇ ਆਪਣੇ ਪੇਟ ਦੇ ਵਿੱਚ ਜਾਂ ਕਿਸੇ ਵੀ ਐਨੀਮਲ ਦੇ ਵਿੱਚ ਕਿਸੇ ਕਿਸੇ ਪ੍ਰਕਾਰ ਦੀ ਬੋਡੀ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਇਸ ਦਾ ਆਪਾਂ ਵਰਤੋਂ ਕਰ ਸਕਦੇ ਹਾਂ ਤੇ ਇਸ ਦੀ ਵਰਤੋਂ ਮੈਂ ਆਪਣੇ ਜਰਮਨ ਸ਼ਾਉਟ ਫੀਮੇਲ ਉੱਪਰ ਕੀਤੀ ਸੀ ਕਿਉਂਕਿ ਕੋਈ ਟਾਈਮ ਪਹਿਲਾਂ ਫੀਮੇਲ ਦੇ ਪੇਟ ਵਿੱਚ ਇਨਫੈਕਸ਼ਨ ਬਹੁਤ ਹੀ ਜ਼ਿਆਦਾ ਵੱਧ ਗਈ ਸੀ ਤੇ ਮੇਰੀ ਜਰਮਨ ਸ਼ਾਉਟ ਫੀਮੇਲ ਖਾਣਾ ਪੀਣਾ ਤੱਕ ਬੰਦ ਕਰ ਗਈ ਸੀ ਫਿਰ ਮੈਂ ਆਦੇ ਵੈਟਰਨਰੀ ਦੇ ਨਾਲ ਸਲਾਹ ਕਰਕੇ ਜਰਮਾ ਸ਼ਾਡ ਦੀ ਫੀਮੇਲ ਦੀ ਰਿਪੋਰਟ ਕਰਵਾਈ ਬਲੱਡ ਸੈਂਪਲ ਤੋਂ ਸਾਨੂੰ ਪਤਾ ਲੱਗਾ ਵੀ ਉਹਦੀ ਰਿਪੋਰਟ ਵਿੱਚ TCL ਵਧੀ ਆਈ ਜੋ ਕਿ 38000 ਦੇ ਕਰੀਬ ਸੀ ਤੇ ਆਮ ਨਾਰਮਲ ਡਾਗ ਦੀ TCL 10000 ਦੇ ਕਰੀਬ ਹੋਣੀ ਚਾਹੀਦੀ ਹੈ ਤੇ ਸੋ ਤਾਂ ਮੇਰੇ ਵੈਟਰਨਰੀ ਨੇ ਮੈਨੂੰ ਸਲਾਹ ਦਿੱਤੀ ਕਿ ਇਸ ਇੰਜੈਕਸ਼ਨ ਨੂੰ ਆਪਣੀ ਜਰਮਾ ਸ਼ਾਡ ਫੀਮੇਲ ਵਿੱਚ ਯੂਜ਼ ਕਰੋ ਤਾਂ ਮੈਂ ਆਪਣੇ ਜਰਮਨ ਸ਼ਾਟ ਫੀਮੇਲ ਨੂੰ ਇਸ ਇੰਜੈਕਸ਼ਨ ਦੀ 3 ਦਿਨ ਡੋਜ਼ ਦੇ ਅੰਦਰ ਆ ਕੰਟੀਨਿਊ 3 ਦਿਨ ਡੋਜ਼ ਦਿੱਤੀ ਤੇ ਮੇਰੀ ਫੀਮੇਲ ਛੇਤੀ ਹੀ ਰਿਕਵਰ ਕਰ ਗਈ ਤੇ ਖਾਣਾ ਪੀਣਾ ਸ਼ੁਰੂ ਕਰ ਦਿੱਤਾ ਤੇ ਇਹ ਇੰਜੈਕਸ਼ਨ ਦਾ ਰਿਜ਼ਲਟ ਕਾਫੀ ਵਧੀਆ ਵੇਖਣ ਨੂੰ ਮਿਲਿਆ ਮੈਨੂੰ ਤਾਂ ਤੇ ਬਾਕੀ ਮੈਂ ਤੁਹਾਨੂੰ ਇਹ ਹੀ ਸਲਾਹ ਦਾਂਗਾ ਤੁਸੀਂ ਇਸ ਇੰਜੈਕਸ਼ਨ ਦੀ ਵਰਤੋਂ ਆਪਣੇ ਵੈਟਰਨਰੀ ਦੀ ਸਲਾਹ ਨਾਲ ਹੀ ਕਰਨੀ ਹੈ ਕਿਉਂਕਿ ਆਪਣੇ ਜੋ ਪੈਟ ਹੁੰਦੇ ਆ ਤੇ ਇਹਨਾਂ ਨੂੰ ਕਦੇ ਵੀ ਆਦਤੀ ਮਰਜ਼ੀ ਨਾਲ ਕੋਈ ਵੀ ਮੈਡੀਸਿਨ ਨਹੀਂ ਦੇਣੀ ਚਾਹੀਦੀ ਤੁਹਮੇਸ਼ਾਂ ਹੀ ਆਦੀ ਵੈਟਰਨਰੀ ਦੀ ਸਲਾਹ ਨਾਲ ਇਹ ਆਦੇ ਪੈਟ ਨੂੰ ਮੈਡੀਸਿਨ ਦੋ